ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ ਦੋਸਤੋ, ਕਿਆ ਹਾਲ ਚਾਲ। ਤੁਹਾਡੇ ਲਈ ਨਈ ਵੀਡੀਓ ਲੈ ਕੇ ਪਹੁੰਚ ਚੁੱਕੇ ਹਾਂ। ਲੇਟ ਨਾਈਟ ਸਟਰੀਟ ਫੂਡ ਕਵਰ ਕਰਨ ਆਏ ਹਾਂ ਅਸੀਂ ਮਾਤਾ ਰਾਣੀ ਚੌਂਕ ਜਲੰਧਰ ਵਿੱਚ। ਅਤੇ ਆਇਓ, ਤੁਹਾਨੂੰ ਵੀ ਲੋਕੇਸ਼ਨ ਦਿਖਾ ਦਿੰਦੇ ਹਾਂ। ਅਤੇ ਇੱਥੇ ਅੱਜ ਅਸੀਂ ਟਰਾਈ ਕਰਾਂਗੇ ਸਮੋਕੀ ਬਿਸਕੁਟ, ਅਤੇ ਜਿਹਨੂੰ ਅਸੀਂ ਕਹਿੰਦੇ ਹਾਂ ਨਾਈਟ੍ਰੋਜਨ ਵਾਲੇ ਬਿਸਕੁਟ। ਅਤੇ ਇਸ ਤੋਂ ਇਲਾਵਾ ਅਸੀਂ ਇੱਥੇ ਕਰਨ ਜਾ ਰਹੇ ਹਾਂ ਆਈਸਕ੍ਰੀਮ ਰੋਲ ਟੇਸਟ, ਅਤੇ ਹੋਰ ਵੀ ਜਿਹੜੀਆਂ ਚੀਜ਼ਾਂ ਇੱਥੇ ਹੈਗੀਆਂ ਮਸ਼ਹੂਰ। ਅਤੇ ਆਇਓ ਫਿਰ, ਤੁਸੀਂ ਵੀ, ਤੁਹਾਨੂੰ ਲੋਕੇਸ਼ਨ ਦਿਖਾਈਏ, ਜਲਦੀ ਜਲਦੀ ਪਹੁੰਚੋ ਤੁਸੀਂ ਵੀ। ਦੋਸਤੋ, ਸਾਹਮਣੇ ਮਾਤਾ ਰਾਣੀ ਚੌਂਕ ਆ, ਅਤੇ ਉਹਦੇ ਬਿਲਕੁਲ ਸਾਹਮਣੇ ਹੈਗੇ ਦੀ ਲਾਈਵ ਕਰੀਮਰੀ। ਲੋਕੇਸ਼ਨ ਵਾਈਜ਼ ਦੋਸਤੋ ਬਹੁਤ ਵਧੀਆ ਲੱਗ ਰਹੀ ਅੰਦਰ ਉਹਦੀ ਵੀ। ਅਤੇ ਆਹ ਦੇਖ ਸਕਦੇ ਹਾਂ, ਅਤੇ ਬੈਠਣ ਵਾਸਤੇ ਬਹੁਤ ਵਧੀਆ ਜਗ੍ਹਾ ਬਣਾਈ ਹੋਈ ਹੈ ਦੋਸਤੋ ਇੱਥੇ। ਹਾਂਜੀ ਦੋਸਤੋ, ਫਿਰ ਅੰਦਰ ਪਹੁੰਚ ਚੁੱਕੇ ਹਾਂ, ਲੋਕੇਸ਼ਨ ਤੁਸੀਂ ਦੇਖ ਸਕਦੇ ਹੋ। ਮੈਂ ਕਿਹਾ ਕਿਆ ਬਾਤ ਹੈ, ਲੋਕੇਸ਼ਨ ਬਹੁਤ ਵਧੀਆ ਬਣੀ। ਹਾਂਜੀ ਨਮਸਕਾਰ ਜੀ, ਮੈਂ ਲਾਈਵ ਕਰੀਮਰੀ ਤੋਂ ਬੋਲਦੀ ਹਾਂ। ਇਹ ਇੱਕ ਮੇਨ ਬ੍ਰਾਂਡ ਹੈ, ਇਹਨੇ ਆਪਣੇ ਜਗ੍ਹਾ ਜਗ੍ਹਾ ਆਊਟਲੈਟ ਖੋਲ੍ਹੇ ਹੋਏ ਆ, ਫਰੈਂਚਾਈਜ਼ੀਆਂ ਦਿੱਤੀਆਂ ਹੋਈਆਂ ਫਿਰੋਜ਼ਪੁਰ, ਹੁਸ਼ਿਆਰਪੁਰ, ਲੁਧਿਆਣਾ ਐਂਡ ਮੋਹਾਲੀ। ਐਕਚੁਅਲੀ ਮਾਈ ਸਨ ਇਜ਼ ਕੰਸਰਨ ਵਿਦ ਦਿਸ, ਉਹਨੇ ਹੀ ਇਹਨੂੰ ਆਪਣੇ ਬੜੇ ਵਧੀਆ ਲੈਵਲ ਢੰਗ ਦੇ ਨਾਲ ਚਲਾਇਆ ਹੈ। ਉਹਦੀਆਂ ਖੁਦ ਦੀਆਂ ਰੈਸਪੀਆਂ, ਖੁਦ ਦੇ ਸਭ ਕੁਝ ਪ੍ਰੋਡਕਟ ਹੈ, ਖੁਦ ਦੀ ਕ੍ਰੀਏਟੀਵਿਟੀ ਹੈ। ਅਤੇ ਤੁਸੀਂ ਵਿਜ਼ਿਟ ਕਰੋ ਸਾਡੇ ਕੋਲ, ਲਾਈਵ ਆਈਸਕ੍ਰੀਮ, ਡਰੈਗਨ ਬ੍ਰੈਥ, ਮੋਕਟੇਲਸ, ਲੈਮੋਨੇਡਸ ਐਂਡ ਫਰਾਈਜ਼, ਸਭ ਤਰ੍ਹਾਂ ਦੇ ਸਨੈਕਸ, ਨਵੇਂ ਮਾਡਰਨ ਕਹਿ ਲਓ, ਜਿਸ ਤਰ੍ਹਾਂ ਮਤਲਬ ਜਿਹੜੀ ਕਿਤੇ ਨਹੀਂ ਚੀਜ਼ ਹੈ, ਉਹ ਚੀਜ਼ਾਂ ਅਸੀਂ ਕੀਤੀਆਂ ਹੈ। ਅਤੇ ਤੁਸੀਂ ਸਾਡੇ ਆਊਟਲੈਟ 'ਤੇ ਵਿਜ਼ਿਟ ਕਰੋ, ਔਰ ਲਾਈਵ ਕਰੀਮਰੀ ਮਾਤਾ ਰਾਣੀ ਚੌਂਕ, ਅਤੇ ਤੁਸੀਂ ਆ ਕੇ ਖੁਦ ਸਾਨੂੰ ਆਪਣੇ ਵਿਊਜ਼ ਦਿਓ। ਬ੍ਰੈਡ ਬਾਸਕਿਟ ਦੇ ਬਿਲਕੁਲ ਨਾਲ ਦਾ ਆਊਟਲੈਟ ਹੈ, ਔਰ ਤੁਸੀਂ ਇਹਨੂੰ ਘਰ ਬੈਠੇ ਵੀ ਇੰਜੋਏ ਕਰ ਸਕਦੇ ਹੋ। ਜ਼ੋਮੈਟੋ, ਸਵਿਗੀ 'ਤੇ ਔਨਲਾਈਨ ਔਡਰ ਕਰੋ, ਉੱਥੇ ਤੁਸੀਂ ਡਿਸਕਾਊਂਟ ਵੀ ਚੱਲਦੇ ਰਹਿੰਦੇ ਆ ਡੇ ਟੂ ਡੇ। ਔਰ ਸੈਕਿੰਡਲੀ, ਫਰੈਂਚਾਈਜ਼ੀ ਦਿੰਦੇ ਹਾਂ, ਉਹਦੇ ਲਈ ਵੀ ਤੁਹਾਡੇ ਵੈਬਸਾਈਟ 'ਤੇ ਲਾਈਵ ਕਰੀਮਰੀ ਦੇ ਪੇਜ 'ਤੇ ਜਾਓ, ਉੱਥੇ ਤੁਹਾਨੂੰ ਸਾਰੇ ਨੰਬਰਸ ਮਿਲਣਗੇ ਸਾਡੇ, ਔਰ ਤੁਹਾਨੂੰ ਸਾਰਾ ਉੱਥੋਂ ਸਾਡਾ ਰਿਵਿਊਜ਼ ਕਸਟਮਰ ਦੇ ਦੇਖ ਲਓ। ਬਾਕੀ ਤੁਸੀਂ ਆ ਕੇ ਖੁਦ ਵਿਜ਼ਿਟ ਕਰੋ। ਥੈਂਕ ਯੂ। ਇੱਥੇ ਸਭ ਕੁਝ ਵਧੀਆ ਜੀ, ਆਪਾਂ ਰੋਜ਼ ਰੈਗੂਲਰ ਆਈਦਾ ਜੀ। ਭਾਈ, ਸਮੋਕ ਬਿਸਕੁਟ ਕਿੱਦਾਂ ਲੱਗੇ ਮੈਨੂੰ? ਬਹੁਤ ਵਧੀਆ ਭਾਅ ਜੀ, ਬਹੁਤ। ਜਗਤ ਸਿੰਘ ਵਲੋਗਸ ਦੇ ਚੈਨਲ ਨੂੰ ਜੂਸ ਸਬਸਕ੍ਰਾਈਬ ਕਰੋ, ਅਤੇ ਬੈੱਲ ਆਈਕਨ ਨੂੰ ਦਬਾ ਕੇ ਉਹਨਾਂ ਦੀ ਵੀਡੀਓਜ਼ ਨੂੰ ਵਧੀਆ ਤਰ੍ਹਾਂ ਦੇਖੋ ਅਤੇ ਸ਼ੇਅਰ ਕਰੋ। ਲਓ ਜੀ ਦੋਸਤੋ, ਸਾਡੇ ਨਾਈਟ੍ਰੋਜਨ ਬਿਸਕੁਟ ਆ ਰਹੇ ਨੇ। ਬੇਸਿਕਲੀ ਭਾਈ, ਚੋਕਲੇਟ ਵਾਲੇ ਹੁੰਦੇ ਕਿਹੜੇ ਹੁੰਦੇ ਆ? ਅੱਛਾ, ਹਾਈ ਡੈਂਸਿਟੀ। ਦੋਸਤੋ ਭਾਵ ਦੇਖ ਸਕਦੇ ਹੋ, ਕਿਆ ਬਾਤ, ਠੰਡੇ, ਇੱਕਦਮ ਠੰਡੇ ਆ। ਦੋਸਤੋ ਆਪਣਾ ਦੂਜਾ ਬਿਸਕੁਟ ਵੀ ਆ ਗਿਆ, ਅਤੇ ਰੇਟਿੰਗ ਦੋਸਤੋ ਸਸਤੀ ਹੈਗੀ ਆ, 20 ਰੁਪਏ ਦਾ ਹੈਗਾ ਇੱਕ। ਅਤੇ ਟਰਾਈ ਕਰਦੇ ਦੂਜਾ ਵੀ। ਦੋਸਤੋ ਫਰੂਟ ਵਿੱਚ ਅਸੀਂ ਕਰਾ ਰਹੇ ਹਾਂ ਟਰੂਟੀ ਫਰੂਟੀ, ਜਿਹਦਾ ਰੇਟ ਤੁਸੀਂ ਦੇ ਸਕਦੇ 100 ਰੁਪਏ ਹੈਗਾ, ਮੀਡੀਅਮ ਐਂਡ ਲਾਰਜ 150 ਰੁਪਏ ਦਾ। ਅਤੇ ਦੂਜਾ ਪ੍ਰੀਮੀਅਮ ਵਿੱਚ ਜਿਹੜਾ ਅਸੀਂ ਕਰਾ ਰਹੇ ਹੈਗੇ ਉਹ ਹੈਗਾ ਰੈੱਡ ਵੈਲਵਟ,
ਜਿਹਦਾ ਰੇਟ ਹੈਗਾ 150 ਰੁਪਏ ਅਤੇ ਲਾਰਜ ਹੈਗਾ 220 ਰੁਪਏ। ਰੈਡ ਵੈਲਵਟ ਆਈਸ ਰੋਲ ਬਣਨ ਲੱਗਾ ਜਿਹਦੇ ਵਿੱਚ ਇਹਨਾਂ ਨੇ ਰੈਡ ਵੈਲਵਟ ਕੇਕ ਪਾਤਾ ਅਤੇ ਵਿਪ ਕਰੀਮ ਪਾਤੀ ਹੈਗੀ ਹੈ। ਅਤੇ ਆਹ ਥੋੜ੍ਹਾ ਕੀ ਪਾਇਆ ਭਾਅ ਜੀ, ਇਹ ਬਲੂਬੈਰੀ ਪਾਈ ਹੈ ਅਤੇ 200 ਦੁੱਧ ਵੀ ਪੈ ਗਿਆ ਹੁਣ, ਕਿਆ ਬਾਤ ਹੈ। लो जी दोस्तों, अपना टेस्ट वास्ते रेडी है ते टेस्ट करते हैं। दोस्तों गल की जाए मिठास की, नैचुरल मिठास है। गल की जाए इहदी डेकोरेशन की, प्रेजेंटेशन की, बहुत वधिया। ਓਵਰਆਲ ਜੇ ਦੋਸਤੋ ਗੱਲ ਕੀਤੀ ਹੈ ਜੋ ਕੇਕ ਦਾ ਟੇਸਟ ਆ ਰਿਹਾ ਇਹਦੇ ਵਿੱਚ, ਮੈਂ ਉੱਭਰ ਉੱਭਰ ਕੇ ਆ ਰਿਹਾ, ਲਾਜਵਾਬ ਟੇਸਟ ਆ। ਅਤੇ ਨਾਲੇ ਟੂਟੀ ਫਰੂਟੀ ਵੀ ਥੋੜ੍ਹੀ ਦੇਰ ਤੱਕ ਤਿਆਰ ਹੋ ਰਿਹਾ ਅਤੇ ਉਹਦੀ ਵੀ ਤੁਹਾਨੂੰ ਵੀਡੀਓ ਦਿਖਾਉਂਦੇ ਹਾਂ ਅਤੇ ਉਹ ਵੀ ਟੇਸਟ ਕਰਦੇ ਹਾਂ। ਪਹਿਲੀ ਬਾਈਟ ਲੈਣ ਜਾ ਰਹੇ ਹਾਂ ਜਿਹਦੇ ਵਿੱਚ ਸਾਡੇ ਕੋਲ ਕੀਵੀ ਆ ਰਿਹਾ, ਟੂਟੀ ਫਰੂਟੀ ਆ ਰਿਹਾ ਅਤੇ ਨਾਲ ਥੋੜ੍ਹੀ ਆਈਸ ਕ੍ਰੀਮ ਆ ਰਹੀ ਹੈ। ਟੇਸਟ ਕਰਦੇ ਹਾਂ। ਲਓ ਜੀ ਦੋਸਤੋ ਟੇਸਟ ਕਰਨ ਲੱਗੇ ਹਾਂ। ਕਿਆ ਬਾਤ ਹੈ, ਇੱਕਦਮ ਠੰਡੀ ਆ ਅਤੇ ਮਿਠਾਸ ਪ੍ਰੋਪਰ ਹੈਗੀ ਆ। ਦੋਸਤੋ ਅਲੱਗ ਅਲੱਗ ਜਿਹੜੇ ਫਲੇਵਰ ਆ ਰਹੇ ਨਾ ਇਹਦੇ ਵਿੱਚ, ਕਮਾਲ ਦਾ ਟੇਸਟ ਆ ਰਿਹਾ। ਹਰ ਬਾਈਟ ਵਿੱਚ ਅਲੱਗ ਅਲੱਗ ਟੇਸਟ ਆ ਰਿਹਾ। ਅਤੇ ਜੇ ਕਹਿ ਸਕਦੇ ਅਸੀਂ ਕਿ ਜਿਹੜੇ ਫਰੂਟ ਮੈਂ ਨਹੀਂ ਖਾਣਾ ਉਹ ਵੀ ਵਿੱਚ ਪਏ ਹੋਏ ਨੇ ਅਤੇ ਉਹਦਾ ਵੀ ਟੇਸਟ ਲਾਜਵਾਬ ਆ ਰਿਹਾ ਅਤੇ ਬੱਚਿਆਂ ਵਾਸਤੇ ਸਪੈਸ਼ਲ ਹੈਗਾ ਇਹ। ਸਰ ਇੱਧਰ ਆਪ ਕਿਤਨੇ ਚਿਰ ਸੇ ਆ ਰਹੇ ਹੋ? ਜੀ 2-3 ਮਹੀਨੇ ਹੋ ਗਏ। ਅੱਛਾ, ਇੱਧਰ ਸੇ ਆਪਨੇ ਕਿਆ ਕਿਆ ਟਰਾਈ ਕੀਆ? ਮੈਨੇ ਨਟੀ ਵਾਲੀ ਆਈਸਕ੍ਰੀਮ ਖਾਈ ਸੀ ਔਰ ਇਹ ਨਟੀ ਬਾਈ ਬਰਥ ਸਾਥ ਮੇ ਨਿਊਟੈਲਾ ਮਿਲਕਸ਼ੇਕ ਵਗੈਰਾ ਬੜੀਆ ਆਪਕੇ ਸਾਰੇ। ਰੇਟਿੰਗ ਕਿਆ ਦੇਓਗੇ ਇਨਕੋ? ਰੇਟਿੰਗ 5 ਸਟਾਰ ਦੀ। ਲਾਸਟ ਬਟ ਨੋਟ ਦੀ ਲਿਸਟ, 200 ਐਸ ਐਲ ਏ ਬੱਬਲ ਗਮ ਸ਼ੇਕ ਟੇਸਟ ਕਰਨ ਜਾ ਰਹੇ ਹਾਂ ਅਤੇ ਟੇਸਟ ਕਰਕੇ ਦੱਸਦੇ ਹਾਂ। ਦੋਸਤੋ ਥਿਕਨੈਸ ਇੱਕਦਮ ਕਾਇਮ ਆ, ਬੱਬਲ ਗਮ ਦਾ ਪੂਰਾ ਟੇਸਟ ਆ ਰਿਹਾ, ਅਲੱਗ ਉੱਭਰ ਉੱਭਰ ਕੇ ਆ ਰਿਹਾ ਬੱਬਲ ਗਮ ਦਾ ਟੇਸਟ। ਅਤੇ ਜੇ ਰੇਟਿੰਗ ਦੀ ਗੱਲ ਕੀਤੀ ਜਾਏ ਤਾਂ ਇਹਨੂੰ ਮੈਂ ਬਿਲਕੁਲ 5 ਸਟਾਰ ਦੇਵਾਂਗਾ। ਦੋਸਤੋ ਜੇ ਗੱਲ ਕੀਤੀ ਹੈ ਸਮੋਕੀ ਬਿਸਕੁਟ ਦੀ, ਮੈਂ ਕਿਹਾ ਲਾਜਵਾਬ ਟੇਸਟ ਹੈਗਾ ਉਹ, ਇੱਕਦਮ ਚਿਲਡ ਹੈਗਾ। ਅਤੇ ਗੱਲ ਕੀਤੀ ਹੈ ਆਈਸਕ੍ਰੀਮ ਰੋਲਸ, ਅਤੇ ਉਹ ਵੀ ਬਹੁਤ ਵਧੀਆ ਹੈਗੇ ਆ ਅਤੇ ਮੈਨੂੰ ਸਪੈਸ਼ਲ ਟੂਟੀ ਫਰੂਟੀ ਬਹੁਤ ਵਧੀਆ ਲੱਗਾ। ਅਤੇ ਜੇ ਦੋਸਤੋ ਜੇ ਸ਼ੇਕ ਦੀ ਗੱਲ ਕੀਤੀ ਹੈ ਬੱਬਲ ਗਮ ਸ਼ੇਕ ਦੀ, ਮੈਂ ਕਿਹਾ ਲਾਜਵਾਬ ਟੇਸਟ ਹੈਗਾ ਇਹਦਾ ਵੀ, ਅਤੇ ਮੈਂ ਕਿਹਾ ਤੁਸੀਂ ਵੀ ਆ ਕੇ ਟਰਾਈ ਕਰੋ। ਜੇ ਔਨਲਾਈਨ ਤੁਸੀਂ ਔਡਰ ਕਰਨਾ ਚਾਹੁੰਦੇ ਜੋਮੈਟੋ ਸਵੀਗੀ 'ਤੇ ਔਡਰ ਕਰਕੇ ਮੰਗਾ ਸਕਦੇ ਹੋ, ਜਾਂ ਲਾਈਵ ਇੰਜੋਏ ਕਰਨਾ ਚਾਹੁੰਦੇ ਹੋ ਇੱਥੇ ਆ ਕੇ ਇੰਜੋਏ ਕਰੋ। ਅਤੇ ਲੋਕੇਸ਼ਨ ਵੀ ਬਹੁਤ ਵਧੀਆ ਬਣੀ ਹੈ, ਬਾਹਰ ਬੈਠਣ ਵਾਸਤੇ ਵੀ ਸੀਟ ਹੈਗੀਆਂ ਅਤੇ ਅੰਦਰ ਵਾਸਤੇ ਵੀ ਸੀਟ ਹੈਗੀਆਂ ਅਤੇ ਅੰਦਰ ਏਸੀ ਵੀ ਲੱਗਾ। ਮੈਂ ਕਿਹਾ ਮਾਹੌਲ ਬਹੁਤ ਵਧੀਆ। ਦੋਸਤੋ ਵੀਡੀਓ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਕਮੈਂਟ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਦਿਓ। ਮਿਲਦੇ ਹਾਂ ਫਿਰ ਅਗਲੀ ਵੀਡੀਓ ਵਿੱਚ। ਬਾਏ ਬਾਏ।